ਕਹਿੰਦੇ ਨੇ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ। ਨਾ ਮਾਂ ਨਾ ਭਰਾ, ਇਕੱਲੀ ਹੀ ਧੀ ਆਪਣੇ ਬਿਮਾਰ ਪਿਤਾ ਦਾ ਸਹਾਰਾ ਬਣੀ ਹੋਈ ਹੈ। ਬਟਾਲਾ ਦੇ ਪਿੰਡ ਮੋਮਨਵਾਲ ਦੀ ਧੀ ਬਲਜੀਤ ਕੌਰ ਜੋ ਦਿਨ ਰਾਤ ਆਪਣੇ ਬਿਮਾਰ ਪਿਤਾ ਦੀ ਸੇਵਾ ਕਰ ਰਹੀ ਹੈ, ਪਰ ਕੁਦਰਤ ਦੇ ਪ੍ਰਕੋਪ ਨੇ ਹੁਣ ਇਹਨਾਂ ਦੀ ਛੱਤ ਵੀ ਖੋ ਲਈ। ਲਗਾਤਾਰ ਪੈ ਰਹੀ ਬਰਸਾਤ ਕਾਰਨ ਕਮਰੇ ਦੀ ਛੱਤ ਡਿੱਗਣ ਨਾਲ ਬਲਜੀਤ ਕੌਰ ਦੇ ਦੁੱਖਾਂ ਵਿੱਚ ਹੋਰ ਵਾਧਾ ਹੋ ਗਿਆ। ਮੀਡੀਆ ਮੁਖਾਤਿਬ ਹੁੰਦਿਆਂ ਬਲਜੀਤ ਕੌਰ ਨੇ ਮਦਦ ਦੀ ਗੁਹਾਰ ਲਗਾਈ ਹੈ। ਇਹ ਭਾਜੀ ਸਾਡੇ ਕਮਰੇ ਬਰਸਾਤ ਦੇ ਨਾਲ ਡਿੱਗ ਗਈ ਹੈ। ਹਾਂਜੀ, ਮੇਰੇ ਪਾਪਾ ਕਾਫੀ ਟਾਈਮ ਤੋਂ ਬਿਮਾਰ ਆ। ਪਹਿਲਾਂ ਮੇਰੇ ਮੰਮੀ ਮਰ ਗਏ, ਭਰਾ ਹੈ ਨਹੀਂ ਆ। ਪਾਪਾ ਮੇਰੇ ਕਾਫੀ ਲੰਬੇ ਸਮੇਂ ਤੋਂ ਬਿਮਾਰ ਆ ਗਏ, ਹੁਣ ਕਮਰੇ ਵੀ ਸਾਡੇ ਡਿੱਗ ਗਏ ਆ, ਅਤੇ ਹੁਣ ਅਸੀਂ ਆਪਣੇ ਚਾਚਿਆਂ ਘਰੇ ਰਹਿਣ ਡਏ ਹਾਂ। ਮੇਰੀ ਇਹੀ ਬੇਨਤੀ ਆ, ਕੋਈ ਦਾਨੀ ਵੀਰ, ਕੋਈ ਵੀ ਭੈਣ ਭਰਾ ਸਾਡਾ ਕਮਰਾ ਬਣਾ ਦੇ, ਇਹੀ ਬੇਨਤੀ। ਉਦੋਂ ਵੀ ਹਾਲਾਤ ਭਾਜੀ ਮਾੜੇ ਸੀ, ਕਾਫੀ ਪੁਰਾਣੇ ਕਮਰੇ ਆ, 50-60 ਸਾਲ ਪੁਰਾਣੇ ਆ, ਅਤੇ ਐਂਗਲ ਸਾਰੇ ਖਾਧੇ ਗਏ ਸੀ, ਅਤੇ ਉਹ ਬਾਰਿਸ਼ ਹੋਣ ਦੇ ਕਾਰਨ ਐਂਗਲ ਜਿਹੜੇ ਸਾਰੇ ਗਲ ਗਏ ਆ, ਅਤੇ ਛੱਤ ਡਿੱਗ ਗਈ। ਉਸ ਟਾਈਮ ਸਾਡੇ ਲੋਕਾਂ ਨੇ ਵੇਖ ਵੁੱਕ ਕੇ ਪਿੰਡ ਵਾਲਿਆਂ ਨੇ, ਅਤੇ ਸਾਨੂੰ ਪਹਿਲਾਂ 2 ਦਿਨ ਪਹਿਲਾਂ ਹੀ ਕਹਿੰਦੇ ਸੀ ਕਿ ਤੁਹਾਡੀ ਛੱਤ ਡਿੱਗ ਜਾਣੀ ਆ, ਅਤੇ ਤੁਸੀਂ ਬਾਹਰ ਚਲੇ ਜਾਓ। ਫਿਰ ਸਾਡੇ ਚਾਚਾ ਜੀ ਸੀ, ਉਹ ਸਾਨੂੰ ਆਪਣੇ ਘਰ ਲੈ ਗਏ ਸੀਗੇ, ਮੈਂ ਅਤੇ ਮੇਰੇ ਪਾਪਾ। ਹਾਂਜੀ ਭਾਜੀ, ਅਗਰ ਭਰਾ ਹੁੰਦਾ ਤਾਂ ਭਰਾ ਆਪੇ ਬਣਾਉਂਦਾ, ਨਾ ਬਣਾਉਂਦਾ ਸਾਨੂੰ ਕੋਈ ਟੈਨਸ਼ਨ ਨਹੀਂ। ਫਾਦਰ ਸਾਹਿਬ ਨੂੰ 7-8 ਸਾਲ ਹੋ ਗਏ ਬਿਮਾਰੀ ਆ ਗਈ। ਹਾਂਜੀ, ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਚੱਲਦਾ, ਕੋਈ ਘਰ 'ਚ ਕਮਾਈ ਦਾ ਸਾਧਨ ਨਹੀਂ ਹੈਗਾ, ਕੋਈ ਕੰਮ ਕਮਾਈ ਨਹੀਂ ਹੈਗੀ ਕਰਦੀ। ਮੈਂ ਭਾਜੀ ਕੱਪੜੇ ਸਿਲਾਈ ਕਰਦੀ ਸੀ, ਅਤੇ ਹੁਣ 6 ਮਹੀਨੇ ਹੋ ਗਏ ਮੇਰਾ ਕੰਮ ਬੰਦ ਆ, ਮੇਰੇ ਪਾਪਾ ਬਿਮਾਰ ਰਹਿੰਦੇ, ਮੈਂ ਸਿਲਾਈ ਵੀ ਨਹੀਂ ਕਰ ਸਕਦੀ। ਭਾਜੀ ਇਹ 100-150 ਰੁਪਇਆ ਸੂਟ ਦੀ ਸਵਾਈ ਆ, ਇੱਕ ਸੂਟ ਸੀ ਲਈਦਾ ਸੀ ਬਸ, ਠੀਕ ਆ। ਨਹੀਂ ਭਾਜੀ ਇਲਾਜ ਨਹੀਂ, ਹੁਣ ਵੀ ਅਸੀਂ ਪਿੰਡ 'ਚ ਥੋੜ੍ਹੀ ਬਹੁਤੀ ਗ੍ਰਾਹੀ ਕੀਤੀ, ਕੁਛ ਖਾਲਸਾ ਐਡ ਨੇ ਸਾਡੀ ਮਦਦ ਕੀਤੀ, ਅਤੇ ਫਿਰ ਅਸੀਂ ਆਪਣੇ ਪਾਪਾ ਦਾ ਇਲਾਜ ਕਰਾਇਆ। ਹੁਣ ਉਹਨਾਂ ਨੇ ਕਿਹਾ ਸੀ 10 ਦਿਨ ਬਾਅਦ ਦਵਾਈ ਲੈ ਜਾਓ, ਸਾਡੇ ਕੋਲ ਦਵਾਈ ਲੈਣ ਨਹੀਂ ਜਾਇਆ ਗਿਆ, ਨਹੀਂ ਲਿਆਂਦੀ ਆਪਾਂ ਦਵਾਈ, ਨਹੀਂ ਲਿਆ ਸਕਦੇ। ਹੁਣ ਅਸੀਂ ਆਪਣੇ ਚਾਚੇ ਘਰੇ ਰਹਿਣ ਡਏ ਹਾਂ, ਮੇਰੇ ਡੈਡੀ ਦੇ ਮਾਸੀ ਜੀ ਦਾ ਬੇਟਾ ਆ, ਅਤੇ ਉਹਨਾਂ ਦੇ ਘਰੇ ਰਹਿ ਰਹੇ ਹਾਂ। ਕਿੰਨੀ ਦੇਰ ਬੰਦਾ ਰੱਖ ਲੂਗਾ? ਚਲੋ ਹਾਂਜੀ ਭਾਜੀ, ਵੱਧ ਤੋਂ ਵੱਧ ਇਹੀ ਆ, ਮਹੀਨਾ ਰੱਖਣਗੇ, 2 ਮਹੀਨੇ ਆਖਿਰਕਾਰ ਉਹ ਵੀ ਕਹਿਣਗੇ ਆਪਣੇ ਘਰੇ ਜਾਓ, ਫਿਰ ਭਾਜੀ ਆਪਣੇ ਘਰੇ ਤਾਂ ਆਉਣਾ ਹੀ ਪੈਣਾ। ਬਸ ਇਹੀ ਬੇਨਤੀ ਹੱਥ ਜੁੜ ਕੇ, ਕੋਈ ਵੀਰ ਭਰਾ ਦਾਨੀ ਕੋਈ ਵੀ ਆ, ਸਾਡਾ ਕਮਰਾ ਬਣਾ ਦੇ। ਮੋਬਾਈਲ ਨੰਬਰ ਦੱਸ ਦਿਓ। ਹਾਂਜੀ, ਸਾਡਾ ਮੋਬਾਈਲ ਨੰਬਰ 7908169906, 7908169906 ਮੇਰਾ ਮੋਬਾਈਲ ਨੰਬਰ ਆ, ਕੋਈ ਵੀਰ ਭੈਣ ਭਰਾ ਨੇ ਸੰਪਰਕ ਕਰਨਾ ਹੋਵੇ ਤਾਂ ਇਹ ਨੰਬਰ 'ਤੇ ਸੰਪਰਕ ਕਰ ਸਕਦਾ। ਠੀਕ, ਮਦਦ ਕੀ ਚਾਹੁੰਦੇ? ਮਦਦ ਭਾਜੀ ਇਹੀ ਆ ਕਿ ਬਸ ਸਾਡਾ ਕਮਰਾ ਬਣ ਜਾਏ, ਅਸੀਂ ਆਪਣੇ ਘਰੇ ਆ ਜਾਈਏ, ਮੈਂ ਆਪਣੇ ਪਾਪਾ ਨੂੰ ਆਪਣੇ ਘਰੇ ਰੱਖ ਕੇ ਉਹਨਾਂ ਦੀ ਆਪਣੇ ਘਰੇ ਸੇਵਾ ਕਰ ਸਕਾਂ।